I thank all the dignitaries for joining us here today. President Punjab Unaided Colleges Association, the chairman Aryan Group. ਮੈਂ ਅੱਜ ਯੂਥ ਫੈਸਟੀਵਲ ਦੇ ਵਿੱਚ ਆਇਆ। ਜਿਹੜੀ ਪੜ੍ਹਾਈ ਹੈ ਉਹ ਤਾਂ ਹੀ ਕੰਪਲੀਟ ਹੁੰਦੀ ਹੈ ਜੇ ਬਾਕੀ ਐਕਟੀਵਿਟੀਆਂ 'ਚ ਵੀ ਸਟੂਡੈਂਟ ਹਿੱਸਾ ਲਵੇ, ਚਾਹੇ ਉਹ ਖੇਡਾਂ ਹੈ, ਚਾਹੇ ਉਹ ਕਲਚਰ ਐਕਟੀਵਿਟੀਜ਼ ਹੈ, ਚਾਹੇ NCC NSS ਵਗੈਰਾ। ਸੋ ਅੱਜ ਸਾਡਾ ਕਲਚਰ ਐਕਟੀਵਿਟੀ ਦਾ ਇੱਥੇ ਯੂਥ ਫੈਸਟੀਵਲ ਹੈ, ਉਹਦੇ ਵਿੱਚ ਆਇਆ। ਅਸੀਂ ਸਟੂਡੈਂਟਸ ਨੂੰ ਹਰ ਪੱਖੋਂ ਤਿਆਰ ਕਰਨਾ ਚਾਹੁੰਦੇ ਹੈ, ਉਸ ਦੀ ਪੜ੍ਹਾਈ ਹੈ ਜਿਹੜੀ ਹਰ ਤਰ੍ਹਾਂ ਦੀ ਕਰਨਾ ਚਾਹੁੰਦੇ, ਤਾਂ ਕਿ ਉਹਦਾ ਬ੍ਰੇਨ ਹੈ ਜਿਹੜਾ ਉਹ ਅੱਗੇ ਵਧੇ ਅਤੇ ਤਕੜਾ ਹੋਵੇ, ਅਤੇ ਅਸੀਂ ਬਾਕੀ ਦੇਸ਼ਾਂ ਦੇ ਨਾਲ ਅਤੇ ਬਾਕੀ ਸੂਬਿਆਂ ਦੇ ਨਾਲ ਕੰਪੀਟ ਕਰ ਸਕੀਏ। ਅਸੀਂ ਇੱਕ ਬਣਾ ਲਈ ਹੈ ਜਿਹਦੇ ਨਾਲ ਅਸੀਂ ਸਾਰਾ ਚੈੱਕ ਕਰਾ ਰਹੇ ਹਾਂ, ਇੱਕ ਸਰਵੇ ਕਰਾ ਰਹੇ ਹਾਂ, ਇੱਕ ਰਿਸਰਚ ਹੋ ਰਹੀ ਹੈ ਕਿ ਕਿਹੜੇ ਜਿਹੜੇ ਕੋਰਸ ਹੈ ਉਹ ਬੰਦ ਹੋਣੇ ਚਾਹੀਦੇ ਅਤੇ ਕਿਹੜੇ ਚੱਲਣੇ ਚਾਹੀਦੇ ਹੈ। ਰਿਸਰਚ ਦੇ ਅਨੁਸਾਰ ਜਿਹੜਾ ਰਿਜ਼ਲਟ ਆਏਗਾ, ਜਿਹੜੇ ਅੱਜ ਜ਼ਰੂਰਤ ਹੈ, ਜਿਹੜੇ ਦੀ ਇੰਡਸਟਰੀ ਨੂੰ ਜ਼ਰੂਰਤ ਹੈ, ਉਹ ਅਸੀਂ ਕੋਰਸੇ ਚਲਾਵਾਂਗੇ। ਜਿਨ੍ਹਾਂ ਦੇ ਨਾਲ ਨੌਕਰੀ ਨਹੀਂ ਮਿਲਦੀ ਉਹ ਕੋਰਸੇ ਬੰਦ ਕਰ ਦਾਂਗੇ। ਸਰ, ਕਾਲਜ ਲਈ ਅੱਜ ਕੋਈ ਫੰਡ ਵਗੈਰਾ ਸਰਕਾਰ ਵੱਲੋਂ ਦਿੱਤਾ ਜਾਊਗਾ? ਨਹੀਂ ਨਹੀਂ, ਇਹ ਸਰਕਾਰੀ ਨਹੀਂ ਹੈ, ਇਹ ਪ੍ਰਾਈਵੇਟ ਕਾਲਜ ਹੈ। ਸਾਨੂੰ ਨਹੀਂ ਚਾਹੀਦਾ, ਤਾਂ ਇਹ ਆਪਣੇ ਤੌਰ 'ਤੇ ਇੱਕ ਅੱਛਾ ਇੰਸਟੀਚਿਊਟ ਹੈ ਔਰ ਬਹੁਤ ਅੱਛੀ ਇੱਥੇ ਪੜ੍ਹਾਈ ਚੱਲ ਰਹੀ ਹੈ। ਮੈਨੂੰ ਖੁਸ਼ੀ ਹੈ
ਕਿ ਬੜੇ ਅੱਛੇ ਬੱਚੇ ਪੈਦਾ ਕਰ ਰਹੇ ਆ, ਇਹਨਾਂ ਨੂੰ ਪੈਸਿਆਂ ਦੀ ਲੋੜ ਨਹੀਂ। ਫੌਜੀ ਜਿਹੜੇ ਰਿਟਾਇਰ ਫੌਜੀ ਸੀਗੇ ਉਹਨਾਂ ਦੇ ਉੱਪਰ ਸੈਂਟਰ ਦੇ ਵਿੱਚ ਜਿਹੜਾ ਹੈ ਕੁਛ ਹਮਲਾ ਕੀਤਾ ਗਿਆ, ਉਹਨਾਂ ਦੀਆਂ ਪੈਨਸ਼ਨਾਂ ਦੀ ਬਹੁਤ ਔਖੀਆਂ ਗਈਆਂ, ਉਹਦੇ ਪਿੱਛੇ ਪੰਜਾਬ ਦੇ ਧਰਨੇ ਦਿੱਤੇ ਜਾ ਰਹੇ ਸਾਰੇ ਵਿੱਚ। ਪਤਾ ਨਹੀਂ ਪੁੱਛ ਲੈਂਦੇ, ਕਹਿੰਦੇ ਜੀ ਛਪੰਜਾਈ ਅੰਤ ਛਾਦੀ ਹੈ, ਉਹ ਦੇਖ ਲੈਂਦੇ ਕਿੰਨੀ ਰਹਿ ਗਈ। ਸਰ ਆਈਟੀਆਈ ਬੁੱਲੇ ਪੋਰ ਆਪਣੇ ਖੰਨੇ ਜੀ ਸਰਕਾਰੀ, ਉਹਦੇ 'ਚ ਪਿਛਲੇ ਸਮੇਂ ਤੋਂ ਕਾਫੀ ਘੁਟਾਲਾ ਹੋਇਆ ਜੀ ਕਰੋੜਾਂ ਰੁਪਈਏ ਦਾ। ਕਾਹਦਾ ਜੀ? ਆਈਟੀਆਈ ਬੁੱਲੇ ਪੋਰ ਜੀ। ਤੁਸੀਂ ਦੱਸ ਦਿਓ ਕਿ ਆਇਆ ਸੀ ਚੈੱਕ ਕਰਾ ਲੈਣਾ, ਉਹ ਕਾਫੀ ਅਖਬਾਰਾਂ 'ਚ ਸੁਰਖੀਆਂ ਵੀ ਹੋਣੀਆਂ ਜੀ, ਮਤਲਬ ਜਿਹੜੇ ਇਹ ਮੈਨੂੰ ਮੇਰੀ ਨੌਲੇਜ 'ਚ ਹੈ ਨਹੀਂ, ਜੋ ਵੀ ਹੋਏਗਾ ਕਪੜਾ ਅਸੀਂ ਉਹਨਾਂ ਨੂੰ ਬਖਸ਼ਾਂਗੇ। ਇੱਕ ਸਰ ਹਡੂੰਗਰ ਸਾਹਿਬ ਨੇ ਪਿਛਲੇ 10 ਸਾਲਾਂ ਦੇ ਵਿੱਚ ਜਿਵੇਂ ਅਕਾਲੀ ਰਾਜ ਸੀ ਉਹਦੇ ਵਿੱਚ ਜਾਣ ਕੇ ਗੁੰਡਾਗਰਦੀ ਜਥੇਦਾਰਾਂ ਵੱਲੋਂ ਵੀ ਅਤੇ ਮੰਤਰੀਆਂ ਵੱਲੋਂ ਵੀ ਹੁੰਦੀ ਸੀ, ਜਿਹੜੀ ਹੁਣ ਦੀ ਜਾਣੀ ਕਿ ਸਥਿਤੀਆਂ ਕਾਨੂੰਨ ਦੀ ਉੱਦਾਂ ਦੀ ਹੋ ਆ, ਜਾਣੀ ਕਿ ਹੁਣ ਵੀ ਉੱਦਾਂ ਹੀ ਕ੍ਰਾਈਮ ਚੱਲ ਰਿਹਾ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਪਿਛਲੇ 10 ਸਾਲ ਦੇ ਵਿੱਚ ਜਿਸ ਤਰ੍ਹਾਂ ਦਾ ਮਾੜਾ ਰਾਜ ਪੰਜਾਬ ਨੂੰ ਦੇਖਣਾ ਪਿਆ, ਉਸੇ ਤਰ੍ਹਾਂ ਪਬਲਿਕ ਦੇ ਵਿੱਚ ਉਸਦੀ ਪ੍ਰਵਿਰਤੀ ਆ ਗਈ ਹੈ। ਜਿਸ ਤਰ੍ਹਾਂ ਦੇ ਗੁੰਡਾ ਰਾਜ ਮਜੀਠੀਆ ਅਤੇ ਆਪਣੇ ਸੁਖਬੀਰ ਬਾਦਲ ਨੇ ਪੈਦਾ ਕੀਤੇ, ਉਹਨਾਂ ਨੇ ਗੈਂਗਸਟਰ ਪੈਦਾ ਕੀਤੇ, ਉਹ ਗੈਂਗਸਟਰ ਨੂੰ ਹੁਣ ਕੰਟਰੋਲ ਕਰਨ 'ਚ ਟਾਈਮ ਲੱਗ ਰਿਹਾ ਔਰ ਉਹ ਆਪਣੀਆਂ ਐਕਟੀਵਿਟੀਜ਼ ਨੂੰ ਵਧਾ ਰਹੇ ਆ, ਲੇਕਿਨ ਇਹ ਨਹੀਂ ਹੈ ਕਿ ਸਰਕਾਰ ਉਹਨਾਂ ਨੂੰ ਕਾਬੂ ਨਹੀਂ ਕਰ ਸਕਦੀ। ਪਹਿਲਾਂ ਵੀ ਅੱਤਵਾਦ ਨੂੰ ਪੁਲਿਸ ਨੇ ਕਾਬੂ ਕੀਤਾ ਅਤੇ ਗੈਂਗਸਟਰ ਵੀ ਇਸੇ ਤਰ੍ਹਾਂ ਕਾਬੂ ਆ ਜਾਣਗੇ। ਕਿਹਨੇ ਕਰਦਾ ਹੋਣਾ? ਮੈਂ ਫੇਰ ਕਹਿਦਾ ਕਿ ਅਸੀਂ ਆਂਗਨਵਾੜੀਆਂ ਨੂੰ ਨਹੀਂ ਹਟਾ ਰਹੇ, 10 ਵਾਰ 20 ਵਾਰ ਕਹਾ ਲਓ, ਲੇਕਿਨ ਫੇਰ ਵੀ ਜੇ ਐਜੀਟੇਸ਼ਨ ਕਰੀ ਜਾਂਦੇ ਤਾਂ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਅਸੀਂ ਉਹਨਾਂ ਨੂੰ ਨਹੀਂ ਹਟਾ ਰਹੇ, ਉਹਨਾਂ ਦੀਆਂ ਸਰਵਿਸਿਜ਼ ਇਸ ਤਰ੍ਹਾਂ ਹੀ ਰਹਿਣਗੀਆਂ।